विद्यार्थी चार बार शब्द सुनता है रेंजी ने जैसे कर पार करना ना दीजिए सिद्धि का तो सुन के राजी नहीं सी ऐसा हम जिन्हीं फौज है ना जिन्हीं फौज है उन तेरे को ऐसा ऐसी चौड़ी लग पाऊंगी ये तो बुला दो ऐसी चौड़ी लग का जो गोविंद सिंह महाराज के काल से है जो गोविंद सिंह महाराज के तेज का अपने निशान दे दीजिए फौज सो ਕਹਿੰਦਾ ਜਿੰਨੀ ਫੌਜ ਹੈ ਜਿੰਨਾ ਖਜ਼ਾਨਾ ਹੈ ਇਸ ਖਜ਼ਾਨੇ ਤੋਂ ਇੱਕ ਵੀ ਪਾਈ ਘਟਣਾ ਨਹੀਂ ਨਾ ਫੌਜ ਘਟਣਾ ਸੌ ਰੁਪਈਆ ਚਾਂਦੀ ਦਾ ਜਿਹੜਾ ਫੌਜੀ ਸੀ ਉਹਨੂੰ ਇਹ ਤਨਖਾਹ ਦਿੰਦਾ ਸੀ ਸਾਰਿਆਂ ਕਹਿਣ ਲੱਗਿਆ ਵੀ ਇਸ ਫੌਜ ਨੂੰ ਜਿਹੜੀ ਤਨਖਾਹ ਦਿੰਦਾ ਸੌ ਚਾਂਦੀ ਦਾ ਰੁਪਈਆ ਦਿੰਦਾ ਤੂੰ ਤਾਂ ਕਹਿੰਦਾ ਉਸ ਹਿਸਾਬ ਦਾ ਜਿਹੜਾ ਹਿਸਾਬ ਲਿਖਿਆ ਇੰਨਾ ਹੈ ਘੱਟ ਫੌਜੀਆਂ ਨੂੰ ਤਨਖਾਹ ਨਾ ਦੇ ਮੁਲਾਜ਼ਮਾਂ ਨੂੰ ਤਨਖਾਹ ਨਾ ਦੇ ਵੱਧ ਭਾਵੇ ਦੇ ਦਿੱਤੀ ਕਹਿੰਦਾ ਕਿਉਂ ਕਹਿੰਦਾ ਜੇ ਤੋਂ ਘੱਟ ਫੌਜ ਤਨਖਾਹ ਦਿੱਤੀ ਉਹਨਾਂ ਨੂੰ ਰੋਟੀ ਖਾਣ ਨੂੰ ਵੀ ਪੈਣੀ ਉਹਨਾਂ ਦੇ ਬੱਚੇ ਅਨਪੜ੍ਹ ਰਹਿਣ ਰਹਿ ਜਾਣਗੇ ਜਿਸ ਪਰਿਵਾਰ ਦੇ ਬੱਚੇ ਅਨਪੜ੍ਹ ਰਹਿਣ ਲੱਗੇ ਉਹ ਕੰਮ ਕਰਨਗੇ ਅਤੇ ਕੰਮ ਕਰਕੇ ਪੇਟ ਜਿਹੜਾ ਹੈ ਢਿੱਡ ਪਾਲਣਗੇ ਪਰਿਵਾਰ ਦਾ ਅਤੇ ਦੋਸਤ ਵੀ ਦਿੱਤੇ ਹੋਊਗਾ ਅਤੇ ਫਿਰ ਇਹਦੇ ਦੋ ਸ਼ਬਦ ਤੀਜੀ ਗੱਲ ਕਹੀ ਕਿ ਮੇਰਾ ਇਹ ਬੜਾ ਸਫਲ ਤਜਰਬਾ ਹੈ ਹਿੰਦੁਸਤਾਨ ਦੇ ਵਿੱਚ ਜਿੰਨੇ ਧਰਮ ਨੇ ਕਿਸੇ ਧਰਮ ਨੂੰ ਬੁਰਾ ਨਹੀਂ ਜਿਹੜੇ ਧਰਮ ਚੱਲਦੇ ਨੇ ਉਹਨਾਂ ਧਰਮਾਂ ਨੂੰ ਪੂਜਾ ਉਹਨਾਂ ਉਹਨਾਂ ਦੀ ਮਸਜਿਦ ਮੰਦਰਾਂ ਨੂੰ ਜਿਹੜੇ ਗੁਰਦੁਆਰੇ ਨੇ ਉਹਨਾਂ ਸਾਰਿਆਂ ਨੂੰ ਆਪਣੇ ਧਰਮ ਦੇ ਵਿੱਚ ਬੈਠ ਕੇ ਪੂਜਾ ਪਾਠ ਕਰਦੇ ਕਿਸੇ ਧਰਮ ਨੂੰ ਕਿਸੇ ਵਿੱਚ ਵਿਗਾੜ ਜੇ ਧਰਮ ਦੇ ਵਿੱਚ ਵਿਗਾੜ ਪਾਇਆ ਅਤੇ ਜਿੰਨੇ ਰਾਜੇ ਨੇ ਜਿੰਨੇ ਸਿੰਘ ਨੇ ਜਿੰਨੀ ਜਨਤਾ ਹੈ ਜਿਹਨਾਂ ਨੂੰ ਵਿਗਾੜ ਪਾਉਂਦਾ ਉਹਨਾਂ ਨੇ ਹੌਲੀ ਹੌਲੀ ਕਰਦੇ ਹੋ ਜਾਣਾ ਅਤੇ ਕਰਦੇ ਹੋ ਤੇਰੇ ਗਲੇ ਦਾ ਮੁੰਡਾ ਬਣ ਕੇ ਕਿਸੇ ਨੂੰ ਨਹੀਂ ਜਾ ਕਿਉਂਕਿ ਇਹਦੇ ਅਮੀਰ ਵੀ ਗੱਲ ਸ਼ਾਹ ਜਾਣ ਚਾਹੀ ਕਿ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਰਿਆਸਤਾਂ ਦੀ ਜੇ ਉਹ ਮੁਸਲਮਾਨ ਰਿਆਸਤਾਂ ਨਾਲ ਬਣਾ ਕੇ ਰੱਖੇਗਾ ਤਾਂ ਬਣਾਉਣ ਦੇ ਨਾਲ ਮੁਸਲਮਾਨ ਰਿਆਸਤਾਂ ਜਿਹੜੇ ਬਣਾਉਣ ਦੇ ਨਾਲ ਤੈਨੂੰ ਮੁਸਲਮਾਨ ਰਿਆਸਤਾਂ ਤੇਰੀ ਮਦਦ ਕਰਨਗੀਆਂ ਅਤੇ ਖਾਸ ਕਰਕੇ ਸ਼ਾਹਜਹਾਂ ਨੇ ਇਹ ਗੱਲ ਅੰਗਰੇਜ਼ ਨੂੰ ਕਹੀ ਕਿ ਦੱਖਣ ਦੇ ਵਿੱਚ ਗੋਲਕੁੰਡਾ ਹੈਦਰਾਬਾਦ ਵਾਲਾ ਪਾਸਾ ਜਿੱਥੇ ਸੋਨਾ ਬਹੁਤ ਨਿਕਲਦਾ ਸੀ ਉੱਥੇ ਦਾ ਨਵਾਬ ਸੀ ਕਾਂਧੇ ਸ਼ਾਹ ਇਹਦਾ ਨਾਂ ਅਬੂ ਹੁਸੈਨ ਰਿਆਸ ਅਬੂ ਹੁਸੈਨ ਦਾ ਨਾਮ ਸੀ ਪਰ ਇਹ ਕਾਂਧੇ ਸ਼ਾਹ ਕਰਕੇ ਮਸ਼ਹੂਰ ਸੀ ਵੀ ਕਾਂਧੇ ਸ਼ਾਹ ਦੀ ਰਿਆਸਤ ਇਸਲਾਮ ਦੀ ਰਿਆਸਤ ਹੈ ਮੁਸਲਮਾਨ ਹੈ ਮੁਸਲਮਾਨ ਰਾਜ ਕਰ ਰਿਹਾ ਉੱਥੇ ਵੀ ਉਹ ਉਹਦੇ ਨਾਲ ਵੈਰ ਨਾ ਜੇ ਉਹਦੇ ਨਾਲ ਵੈਰ ਪਾ ਲਿਆ ਰਣਜੀਤ ਕਹਿੰਦਾ ਜੇ ਵੈਰ ਪੈ ਜਾਵੇ ਉਹਦੀ ਮੈਂ ਰਿਆਸਤ ਆਪਣੇ ਕਾਬੂ ਕਰ ਕੇ ਜਾਣਾ ਨੂੰ ਮੇਰੇ ਕੀ ਫਾਇਦਾ ਨੁਕਸਾਨ ਹੋ ਕਹਿੰਦਾ ਹੁਣ ਉਹ ਕੰਗਾ ਹੀ ਅਬੂ ਹੁਸੈਨ ਜਿਹੜਾ ਕਾਂਧੇ ਸ਼ਾਹ ਜਿੰਨੀਆਂ ਦੱਖਣ ਦੀਆਂ ਰਿਆਸਤਾਂ ਨੇ ਜੇ ਉਹ ਛੋਟੀ ਮੋਟੀ ਰਿਆਸਤ ਉੱਠਦੀ ਆ ਤਾਂ ਉਹਨੂੰ ਦਬਾ ਲੈਂਦਾ ਜੰਗ ਉਹਨੂੰ ਕਰਨੀ ਪੈਂਦੀ ਤੂੰ ਦਿੱਲੀ ਬਣੀ ਜੇ ਤੂੰ ਉਹਦੇ ਨਾਲ ਵਿਗਾੜ ਲਈ ਉਹਦੇ ਵੀ ਤੇਰੇ ਨਾਲ ਜੁੜ ਜਾਣਾ ਅਤੇ ਜਿੰਨੇ ਹੋਰ ਰਾਜੇ ਨੇ ਉਹ ਵੀ ਵਿਗੜ ਕੇ ਅਤੇ ਤੈਨੂੰ ਫੌਜ ਭੱਜਣੀ ਤਾਂ ਉਹ ਨੁਕਸਾਨ ਤੇਰਾ ਹੋਊਗਾ ਕਾਂਧੇ ਸ਼ਾਹ ਦਾ ਨਹੀਂ ਇਹ ਕਹਿੰਦਾ ਪੁੱਤ ਮੇਰੀ ਨੀਤੀ ਹੈ ਜੇ ਚਾਰ ਗੱਲਾਂ ਤੂੰ ਮੰਨ ਲਵੇ ਤਾਂ ਤੇਰਾ ਰਾਜ ਸਨਾਮ ਕਰਿਆ ਜਾਂਦਾ ਨਹੀਂ ਤੇਰਾ ਅੱਲਾ ਔਰੰਗਜ਼ੇਬ ਨੇ ਇਹੋ ਜਿਹਾ ਪਿਓ ਦਾ ਪੁੱਤ ਸੀ ਉਹਨਾਂ ਨੇ ਇਹੋ ਜਿਹੀ ਰੂਹ ਬਣੀ ਇਹੋ ਜਿਹਾ ਪਿਓ ਦਾ ਪੁੱਤ ਉਹਨੇ ਚਾਰੇ ਗੱਲਾਂ ਜਿਹੜੀ ਤਨਖਾਹ ਸੀ ਫੌਜੀਆਂ ਦੀ ਜਿਹੜੇ ਸੌ ਰੁਪਈਆ ਦਿੰਦਾ ਸੀ ਉੱਥੇ ਉਹਨੇ 60 ਕਰ ਦਿੱਤੇ ਔਰ ਜਿਹੜੇ ਗੁਜ਼ਾਰ ਦੇ ਵੀ ਫੌਜੀ ਹੋਏ ਮੁਲਾਜ਼ਮਾਂ ਉੱਤੇ ਹੋ ਗਏ ਰੋਟੀ ਖਾਣੀ ਉਹਨਾਂ ਨੂੰ ਰੋਕੀ ਅਤੇ ਧਰਮ ਦੇ ਵਿੱਚ ਕਿਹਾ ਸੀ ਹਿੰਦੁਸਤਾਨ ਦੇ ਕਿਸੇ ਧਰਮ ਦੇ ਵਿੱਚ ਵਿਗਾੜ ਨਾ ਪਾਈ ਉਹਨੇ ਹਿੰਦੁਸਤਾਨ ਦੇ ਵਿੱਚ ਜਿੰਨੇ ਧਰਮ ਸੀ ਸਰਬ ਮੁਸਲਮਾਨ ਕੀ ਮਾਰਿਆ ਗੁਰੂ ਤੇਗ ਬਹਾਦਰ ਮਹਾਰਾਜ ਤਾਂ ਸਿੱਖ ਸੀ ਜਿਹਨੇ ਹਿੰਦੂ ਕੀ ਸੀ ਉਹ ਵੀ ਮਾਰ ਦਿੱਤੇ ਬੇਨਾਮੇ ਵਕੀਲ ਉਹ ਵੀ ਮਾਰ ਦਿੱਤੇ ਜੋਗੀ ਪੜ ਪੜ ਕੇ ਮਾਰ ਦਿੱਤੇ ਉਹ ਗੁਰਨਾਥ ਕਰ ਗਏ ਬ੍ਰਾਹਮਣ ਪੜ ਪੜ ਕੇ ਮਾਰੇ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਸ਼ਹੀਦੀ ਪ੍ਰਾਪਤ ਕੀਤੀ ਸਰਬਤ ਮੁਸਲਮਾਨ ਵਕੀਲ ਸੀ ਮੁਸਲਮਾਨ ਜਿਹੜੇ ਰੰਗਜੇਬ ਦੇ ਰਾਜ ਦੇ ਉੱਤੇ ਇਹਨਾਂ ਨਾਲਿਆਂ ਨੂੰ ਮੁਸਲਮਾਨ ਬਾਕੀ ਧਰਮਾਂ ਵਾਲੇ ਵੀ ਬਾਕੀ ਨੇ ਮਾਰਦੇ ਸਨ ਸਰਬਤਾ ਕੀ ਸੂਰ ਸੀ ਸਰਬਤ ਮੁਸਲਮਾਨ ਹੋ ਕੇ ਮੁਸਲਮਾਨ ਨੇ ਮੁਸਲਮਾਨ ਵਕੀਲ ਮਾਰਿਆ
Kati Marija. Koji vabri. Muzman. A to je znam kao gdje bio pokalizm. So, je da tam ne znači, Abu Hasan, Hedravate, Pasira, Dara Zuz, Krapira, Nvara, ovdje nam je bigarna kada. Ovdje nam bigarna kada je zi, te djeda, ovdje kono hira zi, Gor Kondavar pasi, Hedravate pasi, Hire Jivana, Kronte, Kena Maharaja Radhik Singh, Kone, Hira Vila, ਉਸ ਅਬੂ ਹਸਨ ਜਿਹੜਾ ਅਬੂ ਹੁਸੈਨ ਜਿਹੜਾ ਰਾਜਾ ਸੀ ਹੈਦਰਾਬਾਦ ਦੇ ਪਾਸੇ ਦਾ ਜੋ ਕੋਈ ਦਾ ਉਹ ਉਹਦਾ ਰਾਜਧਾਨੀ ਸੀ ਉਸ ਦਾ ਉਸ ਬਾਦ ਰਾਜੇ ਦੇ ਕੋਲ ਸਾਧਨ ਤੇ ਹੀਰਾ ਸੀ ਉਹ ਹੀਰਾ ਇੰਨਾ ਕੀਮਤੀ ਸੀ ਵੀ ਹਿੰਦੁਸਤਾਨ ਦੇ ਵਿੱਚ ਉਹਨਾਂ ਕੀਮਤੀ ਹੀਰਾ ਕਿਸੇ ਕੋਲ ਨਹੀਂ ਸੀ ਕੋਈ ਵੀ ਛੋਟੀ ਜਿਹੀ ਰਾਜ ਦਾ ਰਾਜਾ ਉਹਦੇ ਕੋਲ ਤਾਂ ਇੰਨਾ ਕੀਮਤੀ ਹੀਰਾ ਹੋਵੇ ਜਿਹੜਾ ਦਿੱਲੀ ਦੇ ਤਖ਼ਤ ਦੇ ਉੱਤੇ ਬਾਦਸ਼ਾਹ ਬੈਠਾ ਹੋਵੇ ਉਹਦੇ ਕੋਲ ਹੀਰਾ ਨਾ ਹੋਵੇ ਕਿਉਂਕਿ ਈਰਖਾ ਪੈਦਾ ਹੋਣੀ ਹੈ ਈਰਖਾ ਪੈਦਾ ਹੋਣੀ ਮੰਨਦੇ ਕਿਉਂਕਿ ਮੈਂ ਇਹ ਹੀਰਾ ਲੈਣਾ ਹੀ ਲੈਣਾ ਉਹ ਜਿਹੜੇ ਬਾਦਸ਼ਾਹ ਨੇ ਗੱਲ ਵਿੱਚੋਂ ਕੁਝ ਹੋਰ ਹੁੰਦੀ ਹੈ ਦਿਖਾਉਂਦੇ ਕੁਝ ਹੋਰ ਉਹ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਬਾਬਾ ਵੀਰ ਸਿੰਘ ਸਾਰੇ ਪੰਜਾਬ ਦੇ ਵਿੱਚ ਬੜੇ ਪ੍ਰਮੁੱਖ ਮਹਾਪੁਰਖ ਗੱਲ ਇੰਨੀ ਵਧੀ ਜਿਹੜੇ ਹਰੀ ਸਿੰਘ ਡੋਲੇ ਦਾ ਲੜਕਾ ਜਵਾਹਰ ਸਿੰਘ ਸਦਾ ਵਾਲੀ ਸਰਦਾਰ ਤੇ ਮਹਾਰਾਜਾ ਰਣਜੀਤ ਸਿੰਘ ਦਾ ਲੜਕਾ ਸੁਖਬੀਰਾ ਸਿੰਘ ਪਿਸ਼ੌਰਾ ਸਿੰਘ ਇਹ ਸਾਰੇ ਨੱਠ ਕੇ ਲਾਹੌਰ ਤੋਂ ਆ ਕੇ ਬਾਬਾ ਜੀ ਦੇ ਡੇਰੇ ਦੇ ਵਿੱਚ ਆ ਗਏ ਬਾਬਾ ਵੀਰ ਸਿੰਘ ਦੇ ਡੇਰੇ ਦੇ ਤੇ ਹੀਰਾ ਸਿੰਘ ਨੇ ਸੁਨੇਹਾ ਭੇਜਿਆ ਵੀ ਇਹ ਖਾਲਸਾ ਰਾਜ ਦੇ ਸਰਦਾਰ ਨੇ ਇਹਨਾਂ ਮੇਰੇ ਵਾਲੇ ਬਾਬਾ ਵੀਰ ਸਿੰਘ ਨੇ ਜਵਾਬ ਦਿੱਤਾ ਕੋਈ ਖਾਲਸਾ ਰਾਜ ਦੇ ਦਰਾਰ ਕਿਵੇਂ ਹੋਵੇ ਇੱਕ ਮਹਾਰਾਜਾ ਸਿਰ ਜਾਂਦਾ ਸਾਜਾ ਦੇ ਦੋ ਸਿਰ ਪੰਜਾਬ ਦੇ ਲੜਕੇ ਦੇ ਦੋ ਸਦਾ ਵਾਲੀ ਸਰਦਾਰ ਜੀ ਨੇ ਨੌਜਵਾਨ ਖਾਤਰ ਜਾਨਾ ਬਣਾਈਆਂ ਰਣਜੀਤ ਸਿੰਘ ਨਲਵਾ ਇਹਨੇ ਜਾਨ ਵਾਲੀ ਇੱਕ ਹੋਰ ਪੁੱਤਰ ਹੈ ਖਾਲਸਾ ਰਾਜ ਦੇ ਦਰਾਰ ਕਿਵੇਂ ਹੋਵੇ ਕਿਉਂਕਿ ਮੇਰੇ ਹਵਾਲੇ ਕੋਲ ਦਰਾਰ ਤਾਂ ਤੁਸੀਂ ਹੋ ਜਿਹੜੇ ਇਹਨਾਂ ਨੂੰ ਹੱਥ ਨੂੰ ਫਿਰਦੇ ਉਹਨੇ ਸਮਝੌਤੇ ਤੋੜ ਕੇ
ਕਰਨ ਕਿੰਨਾ ਹੈਵੀ ਅਸਲੀ ਤਾਂ ਗੱਦੀ ਨਾ ਹੋਵੇ ਉਹ ਵੀ ਮੈਂ ਫੌਜ ਦੇ ਸੀ ਕਰਕੇ ਮਾਰ ਦੇਣਾ ਲੋਕ ਮਾਰ ਦੇਣਾ ਅਤੇ ਜੋਹਰੀ ਸੀ ਜਿਹੜਾ ਬੜਾ ਪੱਟਣ ਪੱਟ ਵਾਲਾ ਸੀ ਜਿਹੜੇ ਜੋਹਰੀ ਜੋਹਰੀ ਨੇ ਕੀ ਕੀਤਾ ਕੱਪੜੇ ਆਪਣੇ ਵਸਤਰ ਜਿਹੋ ਜਿਹੇ ਬਣਾਏ ਜਿਹਨਾਂ ਦੇ ਉੱਤੇ ਬਾਹਰਲੀਆਂ ਚੀਜ਼ਾਂ ਦਾ ਅਕਸ ਪੈਂਦਾ ਸੀ ਰਿਲੈਕਸ਼ਨ ਰਿਫਲੈਕਸ਼ਨ ਪੈਂਦੀ ਸੀ ਜੇ ਕਿਸੇ ਦੇ ਕੋਲ ਕੱਪੜਾ ਸੋਹਣਾ ਪਾਇਆ ਹੋਵੇ ਜਾਂ ਕੋਈ ਹੀਰਾ ਪਾਇਆ ਹੋਵੇ ਉਹਦੇ ਉਹਦੇ ਵਸਤਰਾਂ ਦੇ ਉੱਤੇ ਉਹਦੀ ਰਿਫਲੈਕਸ਼ਨ ਪੈਂਦੀ ਉਹ ਤੋਂ ਜੱਜ ਕਰ ਲੈਂਦਾ ਸੀ ਇਹਦੇ ਗੇਰੇ ਦੀ ਕੀਮਤ ਕੀ ਹੋਣੀ ਸੋ ਉਹ ਇਹੋ ਜਿਹੇ ਵਸਤਰ ਪਾ ਕੇ ਜੋ ਵੀ ਬਣ ਕੇ ਗਾਹਕ ਬਣ ਕੇ ਚਲੇ ਗਿਆ ਬਾਦਸ਼ਾਹ ਦੇ ਕੋਲ ਅਮਰੂਦ ਸਾਹਿਬ ਨਾਨੇ ਸ਼ਾਹ ਦੇ ਕੋਲ ਬ੍ਰਾਹਮਣਾਂ ਨੇ ਆਟੇ ਦੇ ਗੋਗਾ ਬਣਾ ਕੇ
महाराज सच्चे पातशाह का सवाल है जो ओना दा हिरदा देखो ये जिहड़ा पैगंबर है पैगंबर दी कदर पैगंबर दी कदर फकीरां दी कदर कदर है जिहड़ी ओह फकीर दी कदर सो सौ जिहड़ी है सौ दित्ती कुरान दी गुरु सिंह महाराज ने कुरान दी कदर करके अपना सारा सरबत सरबनाश कर पुत्र शहीद करा ਜਿਹਦੇ ਰਾਜ ਦੀ ਸਮਾਪਤੀ ਦੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ
ਜਪਣਾ, ਗੁਰਦੇਵ ਬਹਾਦਰ ਨਾਮ ਪਾਤਸ਼ਾਹ ਦਾ ਨਾਮ ਜਪਣਾ, ਉਹਦੇ ਨਾਲ ਵੀ ਸੁੱਖ ਮਿਲਣਾ, ਧਿਆਨ ਧਰਿਆ ਵੀ ਸਿੱਖ ਮਿਲਣਾ, ਪਰ ਯਾਦ ਜਿਹੜੀ ਯਾਦ ਸਿੱਧੇ ਸਿੱਧ ਹੁੰਦੀ ਹੈ ਕਿ ਗੁਰੂ ਪਿਤਾ ਮੇਰੇ ਸਿੱਖਾਂ ਦੇ ਸਿਮਰਤੀ ਦੇ ਵਿੱਚ, ਯਾਦ ਦੇ ਵਿੱਚ ਰਹੇ, ਉਹਨਾਂ ਦੇ ਸਿਮਰਨ ਦੇ ਵਿੱਚ ਬਣ ਜਾਵੇ। ਜੇ ਉਹਨਾਂ ਦੇ ਸਿਮਰਨ ਦੇ ਵਿੱਚ ਗੁਰੂ ਪਿਤਾ ਚਲੇ ਗਿਆ ਤਾਂ ਜਿੰਨੇ ਧਰਤੀ ਦੇ ਖਜ਼ਾਨੇ ਨੇ ਉਹ ਸਿਮਰਨ ਵਾਲੇ ਲੱਭ ਦੇ ਵਿੱਚ, ਘਰ ਨੌ ਦੇ ਆ ਕੇ ਘਰੇ ਨੌ ਨਦੀਆਂ 18 ਸਦੀਆਂ ਉਸ ਸਿੱਖ ਦੇ ਪਿੱਛੇ ਪਿੱਛੇ ਨਿਕਲ ਜਾਂਦੇ ਜਿਹਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਆਪਣੀ ਯਾਦ ਦੇ ਵਿੱਚ ਵਸਾਇਆ। ਮਹਾਰਾਜ ਦੇ ਵਚਨ ਹਨ ਬਾਣੀ ਦੇ ਵਿੱਚ ਦਸਵੀਂ ਵਾਰ ਦੇ ਵਿੱਚ, ਜੋ ਕੁਛ ਪਿੱਛ ਕਰੋ ਧਰ ਗਈ ਤਾਂ ਉਹ ਧਨ ਚੱਲਿਓ ਦੇਸ਼ਮ ਦੇਸ਼ ਤੇ ਆ। ਜੇ ਮੈਂ ਕੋਈ ਇੱਛਾ ਕਰਦਾ ਧਨ ਪ੍ਰਾਪਤੀ ਦੀ ਤਾਂ ਧਨ ਦੇਸ਼ਾਂ ਦਸੰਤਰਾਂ ਤੋਂ ਮੇਰੇ ਕੋਲ ਨੱਟਿਆ ਹੋਣਾ, ਇੱਛਾ ਕਰਨ ਦੀ ਲੋੜ ਹੈ। ਸੋ ਜਿਹੜੇ ਗੁਰਸਿੱਖ ਦੇ ਨਿਰਦੇ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਯਾਦ ਅਸਲੀ ਨਾ, ਗੁਰੂ ਤੇਗ ਬਹਾਦਰ ਮਹਾਰਾਜ ਦੇ ਸਲੋਕ ਆਉਂਦੇ ਨੇ, ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀ ਕੁਰਬਾਨੀ ਯਾਦ ਆਉਂਦੀ, ਜਿਹੜੇ ਸਿੱਖ ਨੂੰ ਉਹਨਾਂ ਨਾਲ ਸ਼ਹੀਦ ਹੋਏ ਸਿੱਖ ਯਾਦ ਆਉਂਦੇ ਹਨ। ਅਤੇ ਇਸ ਯਾਦ ਦੇ ਬਲ ਕਰਕੇ ਦੁਨੀਆ ਦਾ ਧਨ 18 ਜਾਂਦੇ ਨੇ, ਜਿਹੜੇ ਨੰਦ ਦੀਆਂ 12 ਸਿੱਖਾਂ ਉਹ ਸਿੱਖ ਕੋਲ ਰੱਖੀਆਂ ਹੋਈਆਂ। ਇਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਯਾਦ ਦਾ ਸਾਨੂੰ ਫਲ ਪ੍ਰਾਪਤ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਯੋਗਦਾਨ ਮਹਿਸੂਸ ਕੀਤਾ, ਕਿਉਂ? ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਇੱਕੋ ਇੱਕ ਐਸੇ ਸਤਿਗੁਰੂ ਹਨ ਜਿਹੜੇ ਔਰੰਗਜ਼ੇਬ ਦੇ ਰਾਜ ਵਿੱਚ ਜ਼ੁਲਮ ਨੂੰ ਸਮਾਪਤ ਕਰਨ ਦੇ ਲਈ ਪੜ੍ਹ ਗਏ। ਜਿਨ੍ਹਾਂ ਨੇ ਸੱਚ ਬੋਲਿਆ, ਸੱਚ ਬੋਲ ਕੇ ਏਡਾ ਵੱਡਾ ਦਾਨ ਦਿੱਤਾ, ਗੁਰੂ ਹੁੰਦੇ ਹੋਏ ਔਰੰਗਜ਼ੇਬ ਦੀ ਅਵਗਿਆ ਸਹਾਰੀ, ਏਡਾ ਵੱਡਾ ਔਜ ਪ੍ਰਤਾਪ ਹੁੰਦੇ ਹੋਏ, ਏਡਾ ਵੱਡਾ ਤਾਕਤ ਹੁੰਦੇ ਹੋਏ ਮਹਾਰਾਜ ਨੇ ਸੀ ਆ ਜਿਹੜਾ ਉਹ ਔਰੰਗਜ਼ੇਬ ਦੇ ਮੱਥੇ ਮਾਰ ਕੇ ਸ਼ਹੀਦੀ ਪ੍ਰਾਪਤ ਕਰ ਲਈ। ਏਡਾ ਵੱਡਾ ਦਾਨ ਸਤਿਗੁਰੂ ਦੇ ਵੱਲੋਂ ਮਹਾਰਾਜ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ ਚਲੇ ਆਉਂਦਾ, ਉਹਨਾਂ ਦੀ ਇਹ ਇਤਿਹਾਸਕ ਕੰਮ ਕੀਤੇ ਹੋਏ ਪਰਉਪਕਾਰ ਕੀਤੇ ਸਾਡੇ ਸਾਰਾ ਹਿੱਸੇ ਦਿਮਾਗ ਦੇ ਵਿੱਚ, ਮਨ ਦੇ ਵਿੱਚ ਯਾਦ ਬਣ ਕੇ ਸਿਮਰਤੀ ਬਣ ਕੇ ਸਾਡਾ ਟਿਕੇ ਰਹੇ, ਤਾਂ ਕਿ ਸਾਨੂੰ ਸਤਿਗੁਰੂ ਦਾ ਨਾਮ ਪ੍ਰਾਪਤ, ਉਹਨਾਂ ਦਾ ਸੇਵਾ ਕਰਨੀ, ਆਪ ਵਧੇ ਬਲਾ ਕੇ ਸਾਰੇ ਲੋਕਾਂ ਸਾਨੂੰ ਕੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।